ਕੋਰੋਨਾ ਵਾਇਰਸ ਦੀ ਆਪਦਾ ਤੋਂ ਬਚਣ ਦੇ ਲਈ ਪੂਰੇ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ ਹੈ। ਉੱਥੇ ਹੀ ਕਿਸਾਨਾਂ ਦੀ ਸਮੱਸਿਆਵਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਕੱਲ੍ਹ ਦੇਰ ਸ਼ਾਮ ਅੰਮ੍ਰਿਤਸਰ 'ਚ ਬਾਰਿਸ਼ ਅਤੇ ਗੜੇ ਪੈਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ। ਅੰਮ੍ਰਿਤਸਰ ਦੇ ਪਿੰਡ ਭੈਣੀਆਂ ਗਿੱਲਾਂ 'ਚ ਜਿੱਥੇ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋਣ ਦੇ ਕਾਰਨ ਕਿਸਾਨ ਨਿਰਾਸ਼ ਪਾਏ ਗਏ। ਕਿਸਾਨਾਂ ਦਾ ਕਹਿਣਾ ਸੀ ਕਿ 50% ਤੱਕ ਫਸਲ ਤਬਾਹ ਹੋ ਚੁੱਕੀ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਕਰਫਿਊ ਦੇ ਕਾਰਨ ਕੋਈ ਵੀ ਸਰਕਾਰ ਦਾ ਨੁਮਾਇੰਦਾ ਉਹਨਾਂ ਦੇ ਕੋਲ ਇੱਥੇ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੀ ਰਾਸ਼ਨ ਦੀ ਮਦਦ ਕੀਤੀ ਗਈ ਹੈ। ਕਿਸਾਨਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਮੇਰਾ ਨਾਮ ਵਿਚਿੱਤਰ ਸਿੰਘ ਹੈ ਜੀ, ਮੈਂ ਸਾਬਕਾ ਸਰਪੰਚ ਭੈਣੀ ਗੱਲਾਂ ਤੋਂ। ਹਾਂਜੀ, ਜਿੱਦਾਂ ਕਿ ਤੁਹਾਨੂੰ ਪਤਾ ਬਾਰਿਸ਼ ਅਤੇ ਔਲੇ ਪੈਣ ਨਾਲ ਤੁਹਾਡੀ ਸਾਰੀ ਫਸਲ ਤਬਾਹ ਹੋ ਗਈ, ਕੀ ਕਹਿਣਾ ਚਾਹੁੰਦੇ? ਕਹਿਣਾ ਕੀ ਹੈ ਜੀ, ਲੱਕ ਟੁੱਟ ਗਿਆ ਜ਼ਿਮੀਦਾਰ ਦਾ, ਅੱਗੇ ਕੁਛ ਪੱਲੇ ਨਹੀਂ ਪੈਂਦਾ ਜ਼ਿਮੀਦਾਰ ਦੇ। ਜ਼ਿਮੀਦਾਰ ਤਾਂ ਅੱਗੇ ਖੁਦਕੁਸ਼ੀਆਂ ਕਰਨ ਨੂੰ ਤਿਆਰ ਰਹਿੰਦਾ ਕਿ ਮੇਰੇ ਪੱਲੇ ਕੁਛ ਨਹੀਂ ਪੈਂਦਾ। ਹੁਣ ਦੋੜੀ ਤੇੜੀ ਮਾਰ ਵੇਖੋ, ਵੱਜ ਗਈ ਆ ਸਿਰ ਜੀ, ਜਿਹੜੀ ਗੇਹੂੰ ਦੀ ਫਸਲ ਸਾਰੀ ਵਿਛ ਗਈ ਆ, ਗੋੜ ਮਾਰ ਗਈ ਆ, ਇਹਦੇ ਵਿੱਚੋਂ ਕੀ ਨਿਕਲਣਾ ਜੀ? ਜੇ ਓਵਰਆਲ ਲਾ ਲਈਏ ਤਾਂ ਇਹ 'ਚੋਂ ਮੇਰੇ ਹਿਸਾਬ ਦੇ ਨਾਲ ਤਾਂ 60% ਜਿਹੜਾ ਉਹ 60-65% ਮਹਾਂ ਸਾਡੇ ਪੱਲੇ ਦਾਣੇ ਪੈਣੇ ਆ। ਅਤੇ ਬਾਕੀ ਹੁਣ ਕੀ ਕਹਿ ਸਕਦੇ ਹਾਂ ਇਹਦੇ ਬਾਰੇ, ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ। ਸਰਕਾਰ ਤਾਂ ਕੋਈ ਤੁਹਾਡਾ ਹਾਲੇ ਤੱਕ ਕੋਈ ਮੁਆਵਜ਼ੇ ਨਹੀਂ? ਨਹੀਂ ਜੀ, ਕੋਈ ਮੁਆਵਜ਼ਾ ਨਹੀਂ, ਨਾ ਅੱਗੇ ਪਹਿਲਾਂ ਮਿਲਿਆ ਕਦੇ ਅਤੇ ਨਾ ਹੁਣ ਤੱਕ ਗੱਲਬਾਤ ਮੁਆਵਜ਼ੇ ਦੀ। ਅਸੀਂ ਤਾਂ ਸਗੋਂ ਇਹੋ ਕਹਾਂਗੇ ਕਿ ਮੁਆਵਜ਼ਾ ਜਿਹੜਾ ਉਹ ਇਨਕੁਆਇਰੀ ਕਰਾ ਕੇ ਅਤੇ ਜ਼ਿਮੀਦਾਰ ਨੂੰ ਮਿਲਣਾ ਚਾਹੀਦਾ, ਤਾਂ ਕਿ ਜਿਹੜਾ ਜ਼ਿਮੀਦਾਰ ਖੁਸ਼ਕੁਸ਼ੀਆਂ ਕਰ ਰਿਹਾ ਉਹ ਬਚ ਜਾਵੇ। ਕਰੋਨਾ ਵਾਇਰਸ ਜਿਹੜਾ ਕਰਫਿਊ ਲੱਗਿਆ ਹੋਇਆ ਜੀ, ਉਹਨਾਂ ਨੂੰ ਫਸਲ ਦੀ ਕਟਾਈ ਦੇ ਲਈ ਜਿਹੜੀਆਂ ਮਸ਼ੀਨਾਂ ਮੁਹੱਈਆ ਕਰਾਈਆਂ ਗਈਆਂ। ਹਾਂਜੀ, ਅਤੇ ਹੁਣ ਜਿਹੜੀ ਤੁਹਾਡੀ ਫਸਲ ਤਬਾਹ ਹੋ ਗਈ ਹੈ, ਇਹਦੇ 'ਚ ਕੀ ਕਹਿਣਾ ਚਾਹੋਗੇ? ਸਰ ਮੈਂ ਕੀ ਕਹਿਣਾ ਜੀ, ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ। ਅੱਗੇ ਪਹਿਲਾਂ ਜਿਹੜੀਆਂ ਮਸ਼ੀਨਾਂ 'ਚ ਦੇ ਕਰਕੇ ਸਾਡੇ 'ਤੇ ਵਾਧੂ ਭਾਰ ਪਹਿਲਾਂ ਪਾਇਆ ਜਾ ਰਿਹਾ, ਹੁਣ ਉਹ ਹੋਰ ਜਿਹੜਾ ਉਹ ਸਾਡਾ ਨੁਕਸਾਨ ਹੋਣ ਦੇ ਨਾਲ ਝੂੰਪਰ ਨਿਕਲ ਜਾਣਾ ਜੀ। ਇਹ ਤਾਂ ਸਰਕਾਰਾਂ ਨੂੰ ਵੀ ਬੇਨਤੀ ਆ ਜੀ, ਹੱਥ ਜੋੜ ਕੇ ਕਿ ਇਹਦਾ ਕੁਛ ਜ਼ਿਮੀਦਾਰ ਦਾ ਸੋਚਿਆ ਜਾਵੇ। ਸਰਕਾਰ ਦੇ ਆਪਣੇ ਕੰਮਾਂ 'ਚ ਵਿਅਸਤ ਆ, ਨਾ ਵੇਖੋ ਕਰੋਨਾ ਦੀ ਮਾਰ ਦੇ ਕਰਕੇ ਨਾ ਤਾਂ ਕੋਈ ਰਾਸ਼ਨ ਪਾਣੀ ਦਾ ਪ੍ਰਬੰਧ ਅਜੇ ਤੱਕ ਪਿੰਡ 'ਚ। ਆਪਾਂ ਜ਼ਿਮੀਦਾਰਾਂ ਨੇ ਚਲੋ ਆਪਣੇ ਕੋਲੋਂ ਕੁਝ ਮਦਦ ਕਰਕੇ ਇਕੱਠੇ ਕਰਕੇ ਆਟਾ ਦਾਲ ਕੋਈ ਖੰਡ ਪੱਤੀ ਸਾਰੀ ਪਿੰਡ ਦੇ ਵਿੱਚ ਵੰਡੀ ਆ ਗਰੀਬ ਲੋਕਾਂ ਨੂੰ, ਪਰ ਸਰਕਾਰ ਵੱਲੋਂ ਅੱਜ ਤੱਕ ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ, ਨਾ ਮੋਦੀ ਸਰਕਾਰ ਵੱਲੋਂ ਅਤੇ ਨਾ ਕੈਪਟਨ ਸਰਕਾਰ ਵੱਲੋਂ ਜੀ। ਕਿਸੇ ਕੋਲੋਂ ਸਾਨੂੰ ਕੋਈ 1 ਰੁਪਈਏ ਦੀ ਦਿਵਾਨੀ ਦੀ ਆਸ ਨਹੀਂ ਜੀ ਅਜੇ ਤੱਕ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਅਜਮੇਰ ਸਿੰਘ ਆ ਜੀ। ਹਾਂਜੀ, ਰਾਤੀ ਦੇਰ ਰਾਤ ਜਿਹੜੀ ਬਾਰਿਸ਼ ਅਤੇ ਔਲੇ ਪਏ ਆ ਜੀ, ਤੁਹਾਡੀ ਗੇਹੂੰ ਦੀ ਸਾਰੀ ਫਸਲ ਜਿਹੜੀ ਤਬਾਹ ਹੋ ਗਈ, ਕੀ ਕਹਿਣਾ ਚਾਹੋ? ਅਸੀਂ ਇਹੋ ਕਹਿੰਦੇ ਹਾਂ ਵੀ ਆਹ ਜੱਟਾਂ ਨੂੰ ਤਾਂ ਦੋਰੀ ਤੇਰੀ ਮਾਰ ਵੱਜ ਗਈ ਆ, ਵੀ ਕੰਬਾਈਨ ਨੇ ਇਹਨੂੰ ਵੱਢਣਾ ਨਹੀਂ ਗਾ, ਨਾ ਸਾਨੂੰ ਲੇਬਰ ਲੱਭਣੀ ਆ, ਜੇ ਲੇਬਰ ਲੱਭ ਗਈ ਔਖੀ ਸੌਖੀ ਮਹਿੰਗੀ ਸਸਤੀ, ਅਤੇ ਮੁੜ ਕੇ ਸਾਨੂੰ ਹੜੰਬਾ ਨਹੀਂ ਲੱਭਣਾ। ਹੜੰਬੇ ਤਾਂ ਹੁਣ ਖਤਮ ਹੋ ਗਏ, ਪਹਿਲਾਂ ਤਾਂ ਕੰਬਾਈਨਾਂ ਹੀ ਚੱਲਦੀਆਂ ਸੀ, ਹੜੰਬੇ ਵਾਲਿਆਂ ਨੂੰ ਪੈਸੇ ਦਾਂਗੇ, ਮੁੜ ਕੇ ਜਿੰਨਾ ਬਲੀ ਉਹਨਾਂ ਨੂੰ ਪੈਸੇ ਦਾਂਗੇ, ਜਿਨ੍ਹਾਂ ਨੇ ਕੱਢਣੀ ਆ ਮਗਰ ਉਹਨਾਂ ਨੂੰ ਪੈਸੇ ਦਾਂਗੇ, ਅਤੇ ਉਹਨਾਂ ਸਾਡਾ ਝਾੜ ਨਹੀਂ ਨਿਕਲਣਾ। ਸਰਕਾਰਾਂ ਤਾਂ ਅੱਗੇ ਲੋਲੀਪੋਪ ਦੇ ਕੇ ਜੱਟ ਨੂੰ ਲਾਂਭੇ ਕਰ ਛੱਡਦੀਆਂ, ਸਰਕਾਰਾਂ ਨੇ ਸਾਨੂੰ ਕੀ ਦੇਣਾ? ਭੁੱਖੀਆਂ ਲੰਘਾ, ਸਰਕਾਰਾਂ ਆਪ ਹੋਈਆਂ ਨੇ, ਕੈਪਟਨ 'ਤੇ ਜ਼ਿਆਦਾ ਭੁੱਖਾ ਲੰਘਾ, ਉਧਰੋਂ MLA ਸਾਡਾ ਬੜਾ ਵਧੀਆ, ਸਾਡੇ ਅਟਾਰੀ ਹਲਕੇ ਦਾ ਸਾਰਿਆਂ ਪਿੰਡਾਂ ਦੇ MLA ਕੋਈ ਨਾ ਕੋਈ ਦੇਣ ਦੇ ਨੇ, ਅਤੇ ਉਹਦੇ ਉਹਨੇ 1 ਆਣ ਕੇ ਬਾਅਦ ਉਹਨੂੰ ਪੁੱਛੀ ਵੀ ਆ ਗਏ ਜੇ ਮਰ ਗਏ ਜੇ, ਕਿਸੇ ਬੰਨਿਓ ਸਾਡੇ ਪਿੰਡ 'ਚ ਕਿਸੇ ਬੰਨਿਓ ਕੋਈ ਰਾਸ਼ਨ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਅਤੇ ਵੋਟਾਂ ਲੈਣ ਵਾਲੀ ਆਖਦੇ ਤੁਹਾਨੂੰ ਜੀ ਜੋ ਕੋ ਮੰਗਵਾਊਗੀ। ਨੁਕਸਾਨ ਹੋ ਗਿਆ ਤੁਹਾਡਾ? ਨੁਕਸਾਨ ਆਹਦੇ 50% ਹੋ ਗਿਆ ਜੀ, ਆਹ ਦੇਣੀ ਡਾ ਸਾਰਾ ਕਿੱਥੋਂ ਤੱਕ, ਸਾਰੀ ਫਸਲ ਸਾਰੀ ਜਿੰਨੀ ਜਿੰਨੀ ਸਾਡੀ ਹੈਗੀ ਸਾਰੀ ਇਹ ਤਬਾਹ ਹੋ ਗਈ ਆ। ਮੰਗ ਇਹੋ ਕਰਦੇ ਵੀ ਵੱਧ ਤੋਂ ਵੱਧ ਮੁਆਵਜ਼ਾ ਹੋਵੇ, ਅੱਗੇ ਜੋ ਬੋਨਸ ਦੀਆਂ ਗੱਲਾਂ ਕਰਦੀ ਸਰਕਾਰ ਵੀ ਬੋਨਸ ਦਾਂਗੇ, ਹੁਣ ਪਤਾ ਨਹੀਂ ਉਹ ਵੀ ਮਿਲਣਾ ਕਿ ਨਹੀਂ ਮਿਲਣਾ। ਸਾਰੀ ਦੁਨੀਆ ਮਰਨ ਦੀ ਹੈ, ਜਿਹੜਾ ਕੋਈ ਵਿਚਾਰਾ ਜਿਹਦੀ ਗਲਤ ਆ ਜਾਂਦੀ ਹੈ ਰਿਪੋਰਟ, ਉਹ ਬਚਦਾ ਹੀ ਨਹੀਂ ਗਾ, ਇਲਾਜ ਚੰਗੀ ਤਰ੍ਹਾਂ ਹੋਵੇ ਦਿਖਾਉਣਾਗੇ ਜੋ ਵਿਚਾਰੇ ਬਾਜੀ ਜਾਣ। ਬਲਾਂਡ TV ਲਈ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਦੀ ਰਿਪੋਰਟ।